ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਹ ਬੰਦਾ ਇੱਧਰ ਲੱਗਾ ਹੋਇਆ ਪਿੰਡ ਵਾਲੇ ਖੇਤਾਂ ਦੇ ਵਿੱਚ, ਪਤਾ ਲੱਗ ਗਿਆ ਵੀ ਇਹਦੇ ਤਿੰਨ ਦਿਹਾੜੀਆਂ ਹੋ ਜਾਣੀਆਂ। ਇੱਕ ਬੰਦਾ ਘਰ ਆਇਆ ਸਵੇਰੇ ਸਾਜਰੀ, ਇਹ ਕਹਿੰਦਾ ਇਸ ਬੰਦੇ ਤੋਂ 3000 ਰੁਪਇਆ ਲੈਣਾ ਤੇ ਉਹਦੇ ਪੈਸੇ ਨਾ ਨਹੀਂ, ਉਹ ਜੋ ਉਹਦੇ ਦਿਹਾੜੀਆਂ ਹੋਣਗੀਆਂ ਉਹ ਮੈਨੂੰ ਦੇ ਦੀ। ਹੁਣ ਦੱਸ ਯਾਰ ਮੈਂ ਕਿਆ ਕਰਾਂ ਯਾਰ। ਚੱਲ ਇਹਨੇ ਲੱਤੇ ਹੁਣ ਆਪਣੇ ਕੋਈ ਕੰਮ ਕਾਰ ਵਾਸਤੇ। ਚੱਲ ਹੁਣ ਉੱਧਰ ਦੂਜੀ ਮੋਟਰ ਕੋਲ ਚੱਲ, ਉੱਥੇ ਵੀ ਦੋ ਬੰਦੇ ਆਏ, ਉਹਨਾਂ ਨੂੰ ਮਿਲਦੇ ਜਾ ਕੇ ਯਾਰ। ਇੱਧਰ ਲੱਗੇ ਹੋਏ ਆਪਣੇ ਬੰਦੇ, ਬਸ ਹੋਰ 2 ਘੰਟੇ ਤੱਕ ਅੱਜ ਕੰਮ ਨਿਬੜ ਜੂਗਾ। ਉਸ ਤੋਂ ਬਾਅਦ ਬੰਦੇ ਆ ਵੀ ਗਏ। ਇੱਧਰ ਮਿਲੋ ਜੀ ਇਹਨਾਂ ਬੰਦਿਆਂ ਨੂੰ। ਮਿਲੋ ਜੀ ਮਨਦੀਪ ਸਿੰਘ ਨੂੰ। ਮਨਦੀਪ ਸਿੰਘ ਕੀ ਹਾਲ ਆ ਤੁਹਾਡਾ? ਵਧੀਆ ਵੀਰ। ਲੱਖ ਲੱਖ ਅੱਜ ਬੜੇ ਦਿਨਾਂ ਬਾਅਦ ਮੁੰਡੇ ਨੇ ਛੁੱਟੀ ਕੀਤੀ ਆ। ਭਲੀ ਬੰਤੀ ਪੰਜਾਬ ਪੁਲਿਸ ਉਹਨੇ ਉੱਠ ਕੇ ਆਇਆ, ਕਹਿੰਦਾ ਤੇਰੀ ਮੋਟਰ ਪਰ ਚਾਹ ਪੀਣੀ ਆ, ਮੈਂ ਤਾਂ ਹੀ ਘਰ ਤੇ ਚਾਹ ਬਣਾ ਕੇ ਲੈ ਕੇ ਖੇਲ ਕੇ ਆਏ। ਅਸੀਂ ਕਿੱਥੇ? ਗਰਾਊਂਡ 'ਚ ਖੇਲ ਕੇ ਆਏ ਆ। ਵਾਹ ਜੀ ਵਾਹ ਜੀ ਵਾਹ, ਪ੍ਰੈਕਟਿਸ ਕਰਕੇ। ਵੈਸੇ ਐਕਚੁਅਲੀ ਨਾ ਅੱਜ ਸਾਡਾ ਮੈਚ ਆ, ਖੇਲਣ ਜਾਣਾ ਸੀ, ਚੰਡੀਗੜ੍ਹ ਦੇ ਕੋਲ ਮੈਚ ਆ। ਯਾਰ ਮੈਨੂੰ ਇੱਕ ਸਲਾਹ ਦਿਓ ਯਾਰ, ਤੁਹਾਡੇ ਪੁੱਛਣਾ ਚਾਹੁੰਦਾ, ਤੁਹਾਡੀ ਰਾਏ ਲੈਣਾ ਚਾਹੁੰਦਾ ਮੈਂ। ਮਨਦੀਪ ਸਿੰਘ ਤੂੰ ਵੀ ਸੁਣੋ, ਮੇਰੇ ਕੋਲ ਇੱਕ ਬੰਦਾ ਲੱਗਿਆ ਹੋਇਆ, ਉਹਦੇ 3 ਦਿਹਾੜੀਆਂ ਹੋ ਗਈਆਂ, ਠੀਕ ਹੈ। ਸਵੇਰੇ ਸਾਜਰੇ ਇੱਕ ਬੰਦਾ ਆ ਗਿਆ, ਉਸ ਬੰਦੇ ਨੇ ਉਹ ਤਾਂ 3000 ਰੁਪਏ ਲੈਣਾ, ਜਿਹੜਾ ਬੰਦਾ ਮੇਰੇ ਕੋਲ ਕੰਮ ਕਰਦਾ ਨਾ। ਕਹਿੰਦਾ ਜਿਹੜੀ ਇਹਦੀ ਦਿਹਾੜੀਆਂ ਹੋਊਗੀਆਂ ਉਹ ਮੈਨੂੰ ਦੇ ਦੀ। ਹੱਕ ਉਹਦਾ ਬਣਦਾ, ਉਹਦਾ ਹੱਕ ਬਣਦਾ। ਨਹੀਂ ਨਹੀਂ ਪਤਾ ਲੱਗਿਆ ਮੈਨੂੰ ਵੀ, ਉਹਦੇ ਵਿੱਚ ਟੈਨਸ਼ਨ 'ਚ ਖੜਾ ਹੋਇਆ। ਨਹੀਂ ਮੈਂ ਸੋਚ ਰਿਹਾ ਵੀ ਉਹਦਾ 3-4000 ਦਾ ਇੱਥੇ ਕੰਮ ਕਰਵਾ ਦੇਵਾਂ ਹੋਰ ਯਾਰ, ਦਿਹਾੜੀ ਲਵਾ ਦੇ। ਹੋਰ ਬੰਦੇ ਬਥੇਰੇ ਹੈਗੇ ਆ ਇੱਧਰ ਤੋਂ, ਕਦੋਂ ਦਿਹਾੜੀਆਂ ਪੂਰੀਆਂ ਕਰਵਾ ਦੇਣੀਆਂ ਮੈਂ। ਲਓ ਜੀ ਅੱਜ ਤੁਹਾਨੂੰ ਕੋਈ ਨਵੀਂ ਚੀਜ਼ ਦਿਖਾਵਾਂਗੇ। ਹੁਣ ਚੱਲਿਆ ਸੀ ਖੇਲਣ, ਆਮਨਾ ਵੀ ਅੱਜ ਖੇਤਾਂ ਚੋਂ ਨਿਕਲ ਕੇ ਖੇਲਣ ਚੱਲਿਆ। ਬਹੁਤ ਦਿਨਾਂ ਬਾਅਦ ਖੇਲਣ ਚੱਲਿਆ। ਬਾਕੀ ਮੁੰਡੇ ਬੱਚੇ ਬੈਠੇ ਆ ਸਾਰੇ। ਦੋ ਦਿਨ ਰੱਬ ਸੁੱਖ ਕਰੇ ਅੱਜ ਸਾਨੂੰ ਟੂਰਨਾਮੈਂਟ ਜਿੱਤ ਗਈ। ਅਸੀਂ ਅੱਜ ਪੂਲ ਕਲੀਅਰ ਕਰਿਆ ਤੇ ਪਹਿਲਾਂ ਮੁੰਡੇ ਜਾ ਕੇ ਖੇਲ ਲਿਆ ਕੇ ਆਏ ਤੇ ਅੱਜ ਸਾਡਾ ਲਾਸਟ ਦਿਨ ਆ ਉੱਥੇ। 3 ਮੈਚ ਜਿੱਤਣੇ ਆਪਾਂ ਨੇ। 3 ਬੰਦੇ ਵੀ ਨਹੀਂ ਹੈਗੇ ਸਾਡੇ ਬੰਦੇ ਵੀ ਨਹੀਂ ਹੈਗੇ ਅੱਜ, ਬੰਦੇ ਵੀ ਘੱਟ ਆ ਸਾਡੇ ਯਾਰ। 3 ਜਿਹੜੇ ਸਾਡੇ ਮੇਨ ਪਲੇਅਰ ਆ ਹਿਟਲ, ਹਾਂ ਉਹ ਸਾਡੇ ਅੱਜ ਹੈ ਨਹੀਂ। ਦੇਖਦੇ ਅੱਜ ਆਪਾਂ ਕਿਆ ਲੱਲਰ ਲਾਉਂਦੇ ਫਿਰ। ਅਸੀਂ ਹੁਣ ਸਵੇਰੇ ਪਹੁੰਚ ਗਏ ਤੇ ਉੱਧਰ ਖੇਲਿਆ ਜਾ ਰਿਹਾ ਤੇ ਇਸ ਤੋਂ ਬਾਅਦ ਸਾਡਾ ਮੈਚ ਹੈ। ਤੇ ਹੁਣ ਅਸੀਂ ਆਪਣੀ ਵਰਦੀ ਬਦਲੀ ਕਰ ਲਈਏ ਤੇ ਕਿੱਟ ਵਿੱਚ ਆ ਜਾਈਏ। ਤੇ ਹੁਣ ਅਸੀਂ ਆਪਣੇ ਘਰ ਵਾਲੇ ਕੱਪੜੇ, ਉਹ ਬੰਦੇ ਆਪਣੇ ਉਹ ਬੈਠ ਕੇ ਜਾ ਕੇ ਆਪਣੇ ਅੰਦਰ ਬੰਦੇ ਹੈ, ਉਹ ਦੂਰ ਬੈਠ ਕੇ ਸਾਡੇ ਬੰਦੇ ਪਾਲੇ ਪਾਸੇ ਚੱਲਦੇ। ਹੁਣ ਉੱਧਰ ਅਸੀਂ ਕੱਪੜੇ ਪਾ ਲਏ ਇੱਧਰ। ਤੇ ਲੱਖ ਲੱਖ ਵੀ ਆ ਗਿਆ। ਅੱਜ ਸਾਡੇ 3 ਪਲੇਅਰ ਨਹੀਂ ਹੈਗੇ ਮੇਨ। ਸਾਡਾ ਜੋ ਸਾਰਾ ਵਜਨ ਸਾਡੇ ਕੰਧਿਆਂ ਪਰ ਅੱਜ ਸਾਨੂੰ ਜਿੱਤਣਾ ਪੈਣਾ। ਲੱਕ ਆ ਜਾ ਫਿਰ। ਸਾਡੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿੱਤਾ ਤੇ ਬੈਟਸਮੈਨ ਇੱਧਰ ਤਿਆਰ ਆ, ਆਮਨਾ ਤੇ ਹਨੀ ਜਾਊਂਗੇ 2 ਜਣੇ। ਲਵਲੀ ਵੀ ਆ ਗਿਆ, ਇਹਦੀ ਵੇਟ ਕਰ ਰਹੇ ਤੇ ਬੇਸਬਰੀ ਨਾਲ। ਸਾਡਾ ਇੱਕ ਪਲੇਅਰ ਹੋ ਰਿਹਾ ਨਾਲ ਮਨੀ। ਵਰਦੀ ਚੇਂਜ ਕਰ ਲਾ ਫਟੀਫਟ, ਟਾਈਮ ਘੱਟ ਹੈ। ਪਹਿਲੀ ਬਾਲ ਹੋਣ ਲੱਗੀ ਆ। ਪਹਿਲੀ ਬਾਲ ਪਰ 4 ਆ ਗਏ। ਦੇਖੋ ਜੀ ਹਾਰ ਜਿੱਤ ਤਾਂ ਬਣੀ ਹੋਈ ਆ, ਅਸੀਂ ਮੈਚ ਹਾਰ ਗਏ। ਦੇਖੋ ਆਪਾਂ ਜੀ ਕਿਹੜਾ ਪਲੇਅਰ ਹਾਰਨ ਵਾਸਤੇ ਖੇਲਦਾ, ਸਭ ਜਿੱਤਣ ਵਾਸਤੇ ਖੇਲਦੇ ਹੁੰਦੇ। ਚਲੋ 1-2 ਵਿੱਚ ਗਲਤੀਆਂ, ਸਾਡੇ ਅੱਜ 2 ਪਲੇਅਰ ਵੀ ਨਹੀਂ ਆਏ, ਮੇਨ ਪਲੇਅਰ ਵੀ ਨਹੀਂ ਆਏ ਹੈਗੇ। ਉਸ ਉੱਪਰ ਥੱਲੇ ਹੋ ਜਾਂਦੇ, ਚਲੋ ਅਸੀਂ ਹਾਰ ਗਏ। ਤੇ ਮੇਰੇ ਨਾਲ ਬਾਬਾ ਜੀ ਬੈਠੇ ਨੇ। ਮੈਂ ਤਕਰੀਬਨ ਮੈਂ ਵੈਸੇ ਟੂਰਨਾਮੈਂਟ ਬਹੁਤ ਘੱਟ ਖੇਲਣ ਜਾਂਦਾ ਤੇ ਬਾਬਾ ਜੀ ਹਰੇਕ ਟੂਰਨਾਮੈਂਟ ਪਹੁੰਚਦੇ ਆ ਤੇ ਘੱਟੋ ਘੱਟ ਵੀ 100-150 ਮੀਟਰ ਦੀ ਸਪ੍ਰਿੰਟ ਲਾਉਂਦੇ ਆ, ਭੱਜਦੇ ਆ। ਫਿਰ ਥੋੜ੍ਹਾ ਬਹੁਤਾ ਲੋਕ ਜਿੰਨੇ ਇੱਥੇ ਮੈਨੇਜਮੈਂਟ ਕਮੇਟੀ ਥੋੜ੍ਹਾ ਬਹੁਤਾ ਬਾਬਾ ਜੀ ਨੂੰ ਉਹ ਵੀ ਦਿੰਦੇ ਆ। ਤੇ ਬਾਬਾ ਜੀ ਬੜੀਆਂ ਚੰਗੀਆਂ, ਮੈਂ ਉੱਧਰ ਬੈਠੇ ਗੱਲਾਂ ਕਰਦੇ। ਬਾਬਾ ਤੁਹਾਡਾ ਡੇਟ ਆਫ ਬਰਥ ਕਿੰਨਾ, ਕਿੰਨੇ ਸਾਲ ਉਮਰ ਹੋ ਚੁੱਕੀ ਤੁਹਾਡੀ? 74 ਸਾਲ ਦੀ, 44 ਹੈ। ਹੈਂ 44 1944 1944 ਤੇ ਬਾਬਾ ਜੀ ਦੀ 74 ਸਾਲ ਉਮਰ ਹੈ। ਹਰੇਕ ਟੂਰਨਾਮੈਂਟ 'ਚ ਪਹੁੰਚਦੇ ਆ ਤੇ ਭੱਜਦੇ ਆ। ਮੈਂ ਹੁਣ ਕੋਸ਼ਿਸ਼ ਕਰੂੰਗਾ ਵੀ ਬਾਬਾ ਜੀ ਤੋਂ ਸਪੀਡ ਜਦੋਂ ਭੱਜਣਗੇ ਨਾ ਉਹ ਦਿਖਾਉਂਗਾ ਵੀ ਤੁਹਾਨੂੰ। ਮੈਂ ਕਈ ਵਾਰ ਸੋਚਦਾ ਸੀ ਮੈਂ ਬਾਬਾ ਜੀ ਨਾਲ ਬੈਠ ਕੇ ਕੋਈ ਇੰਟਰਵਿਊ ਕਰਾਂ ਵੀ ਕਿੱਦਾਂ। ਫਿਰ ਉਹ ਜਿਹੜਾ ਆਪਣੇ ਜੋ ਥੋੜ੍ਹੇ ਬਹੁਤੇ ਪੈਸੇ ਵੀ ਇਕੱਠੇ ਹੋ ਜਾਂਦੇ ਬਾਬਾ ਜੀ ਕੋਲ, ਚੰਗਾ ਲੱਗਦਾ ਵੀ ਆ ਕੇ ਮਿਹਨਤ ਕਰਦੇ ਆ। ਜਾਂ ਵੀ ਜਿਹੜੀ ਤੁਸੀਂ ਸਪਿਟ ਲਾਉਂਦੇ ਆ ਬਾਅਦ 'ਚ ਤੁਸੀਂ ਤੁਹਾਨੂੰ ਦਿਖਾਉਂਗਾ ਮੈਂ ਚੀਜ਼। ਇਹ ਆਪਾਂ ਕੋਈ ਪ੍ਰੈਕਟਿਸ ਵੀ ਕਰਦੇ ਆ? ਹਾਂ ਹਾਂ ਰੋਜ਼ ਕਰਨੀ ਪੈਂਦੀ। 74 ਸਾਲ ਦੀ ਉਮਰ 'ਚ ਤੁਸੀਂ ਸਪੀਡ ਦੇਖੋ ਬਾਬਾ ਜੀ ਦੀ। ਤੇ ਪਰਿਵਾਰ ਵਿੱਚ ਕੌਣ ਕੌਣ ਆਬਾ ਜੀ? ਆਪਣੇ ਜੀ ਮੁੰਡੇ ਤਿੰਨ। ਅੱਛਾ ਤਿੰਨ ਮੁੰਡੇ ਆ, ਉਹਨਾਂ ਦੇ ਗਾਂ ਨਿਆਣੇ ਘਰ ਵਾਲੀ ਆ। ਅੱਛਾ ਤੇ ਉਹ ਨਹੀਂ ਕਹਿੰਦੇ ਹੈਗੇ ਤੁਸੀਂ ਵੀ ਇੱਥੇ ਗਰਾਊਂਡਾਂ ਵਿੱਚ ਜਾ ਕੇ ਐ ਭੱਜਦੇ ਆ? ਨਾ ਉਹ ਤਾਂ ਰੋਕਦੇ ਤਾਂ ਹੈ ਪਰ ਰੋਕਾ ਸਰਦਾ ਨਹੀਂ ਫਿਰ। ਹਾਂ 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 ਆਪਣਾ ਕਿੱਤਾ ਸ਼ੁਰੂ ਤੋਂ ਹੀ ਹੈ। ਅੱਛਾ ਚਲੋ ਇੱਕ ਨਾ ਬੰਦੇ ਨੂੰ ਕੀ ਕਹਿੰਦੇ ਸ਼ੌਂਕ ਪੈ ਜਾਂਦਾ ਲੋਕਾਂ ਦੀ ਵਾਹ ਵਾਹ ਲੈਣ ਵਾਸਤੇ। ਤੇ ਮੈਂ ਜਦੋਂ ਬਾਬਾ ਜੀ ਦੇਖਦਾ ਹੁੰਦਾ ਜੀ ਬੇਬੀ ਇਹ ਉਮਰ 'ਚ ਇੰਨੀ ਸਪੀਡ ਤੇਜ਼ ਭੱਜਦੇ, ਮੈਂ ਬਹੁਤ ਉਹਨਾਂ ਨੂੰ ਤੁਸੀਂ ਸ਼ਾਇਦ ਵੀਡੀਓ ਦੇਖਣ ਮੈਂ ਪਹਿਲੀ ਵੀਡੀਓ ਬਣਾਉਣ ਲੱਗਣਾ ਨਾ, ਕੋਸ਼ਿਸ਼ ਕਰੂੰਗਾ ਜਦੋਂ ਬਾਬਾ ਜੀ ਪੂਰਾ ਸਾਰਾ ਰੌਂਡ ਲਾਉਣਗੇ ਉਹ ਤੁਹਾਨੂੰ ਦਿਖਾਊਂਗਾ ਮੈਂ ਪੂਰਾ ਵੀਡੀਓ ਦੇ ਵਿੱਚ। ਤੇ ਆਈ ਪਰ ਮੈਂ ਬਾਬਾ ਜੀ ਦਾ ਜੋ ਮੇਰੇ ਤੇ ਸਰਦਾ ਫਿਰ ਬਾਬਾ ਜੀ ਦਾ ਮਾਨਦਾਨ ਕਰਦਾ ਹੁੰਦਾ। ਬਾਬਾ ਜੀ ਫਿਰ ਮੇਰੇ ਕੋਲ ਸਪੈਸ਼ਲ ਮਿਲਣ ਆਉਂਦੇ। ਫਿਰ ਅੱਜ ਮੈਨੂੰ ਕਹਿੰਦੇ ਸੀ ਕਹਿੰਦਾ ਜੋ ਖੇਲਿਆ ਤੂੰ ਐਂ ਸ਼ਾਟ ਲਾਉਣੇ ਸੀ ਐਂ ਸ਼ਾਟ ਲਾਉਣੇ। ਤੇ ਮੈਂ ਦੇਖੋ ਬਾਬਾ ਜੀ ਮੈਂ ਕਿਹੜੇ ਉੱਥੇ ਹਾਰਨ ਵਾਸਤੇ ਗਿਆ ਤਾਂ, ਮੈਂ ਵੀ ਜਿੱਤਣ ਵਾਸਤੇ ਗਿਆ ਤਾਂ ਮੈਂ। ਚਲੋ ਬਾਕੀ ਹੁਣ ਬਾਬਾ ਜਦੋਂ ਭੱਜਣੇ ਗਰਾਊਂਡ ਦੇ ਵਿੱਚ ਤੇ ਉਹ ਤੁਹਾਨੂੰ ਜ਼ਰੂਰ ਦਿਖਾਉਂਗਾ ਜੀ। ਇੱਕ ਵਾਰੀ ਤਾੜੀਆਂ ਹੋਰ ਬਾਬਾ ਜੀ ਦੇ ਨਾਲ ਦੀਆਂ ਆਹ ਕਹਿੰਦੇ ਗੱਲਾਂ ਟਿਕਾਣੀਆਂ ਮੇਰੇ ਵੀਰ ਇਹਨੂੰ ਕਹਿੰਦੇ ਖਾਦੀਆਂ ਖੁਰਾਕਾਂ ਲੱਗੀਆਂ ਮਿਹਨਤਾਂ ਦੀ ਗੱਲ ਹੈ ਮੇਰੇ ਵੀਰੋ। ਅੱਜ ਕੱਲ ਦੇ 40 ਸਾਲ ਦੇ ਜਿਹੜੇ ਨੌਜਵਾਨ ਉਹਨਾਂ ਦੇ ਪਾਣੀ ਦੀ ਬਾਹਰ ਢੀ ਨਹੀਂ ਚੱਕੀ ਜਾਂਦੀ, ਪਰ ਬਾਬਾ ਜੀ ਅੱਜ ਵੀ ਇੱਥੋਂ ਨਾ ਥੋੜੀ ਦੂਰ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਤੇ ਭਾਜੀ ਮਿਲਣ ਆਏ ਫਿਰ ਇੱਕ ਵਾਰੀ ਦੁਆਰੇ ਤੇ ਨਾਲ ਸਾਨੂੰ ਠੰਡੇ ਵੀ ਲੈ ਕੇ ਆਏ ਆ। ਕੀ ਹਾਲ ਆ ਭਾਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਚਾਚਾ ਜੀ ਤੇ ਆਹ ਮੁੰਡਾ ਛੋਟਾ ਜਿਹਾ ਕਿਵੇਂ ਬਗੇ? ਠੀਕ ਹੈ ਨਿੰਮੇ ਨੂੰ ਪੁੱਛਦੇ ਨਿੰਮਾ, ਨਿੰਮੇ ਨੂੰ ਹੈਲੋ ਕਹਦੇ। ਚੱਲ ਨਿੰਮੇ ਨੂੰ ਹੈਲੋ ਕਹ। ਹੈਲੋ ਨਿੰਮੇ ਕਹਿ ਮੈਂ ਤੁਹਾਨੂੰ ਮਿਲਣ ਆਇਆ ਤਾਂ ਤੁਸੀਂ ਆਏ ਨਹੀਂ। ਕਹਦੇ ਦੇਖਣੀ ਆ ਭਾਜੀ ਨੇ। ਅਸੀਂ ਸੜਕ ਪਰ ਜਾਂਦੇ ਨੇ ਸਾਡੀ ਗੱਡੀ ਦੇਖ ਲਈ ਖੜੀ ਤੇ ਮੈਨੂੰ ਫੋਨ ਕਰਿਆ ਕਹਿੰਦਾ ਕਿੰਨੇ ਪਲੇਅਰ ਆ ਸਾਰਾ। ਮੈਂ ਤਾਂ ਦੋ ਬੋਤਲਾਂ ਠੰਡੇ ਦੀ ਲੈ ਕੇ ਆਏ ਫਿਰ ਸਾਡੇ ਬਾਅਦ। ਸ਼ੁਕਰੀਆ ਭਾਜੀ ਤੁਹਾਡਾ ਇੰਨਾ ਪਿਆਰ ਵਾਸਤੇ ਸਾਡੇ ਇਲਾਕੇ ਚ।